ਮੰਮੀ ਆਖੋ ਰਘਬੀਰ ਕਿੰਨੇ ਸੋਹਣੇ ਲੱਗਣ ਡੇ ਨਾ ਪੁੱਤ, ਦੋਵੇਂ ਸੋਹਣੇ ਲੱਗਣ ਡਏ ਹੈਗੇ। ਜਿੱਦਾਂ ਕਹਿੰਦੇ ਹੁੰਦੇ ਕੁੜੀ ਮੁੰਡੇ ਨਾਲੋਂ ਸੋਹਣੀ, ਮੁੰਡਾ ਕੁੜੀ ਨਾਲੋਂ ਸੋਹਣਾ। ਇਹ ਵੀ ਕਿਤੇ ਸਮੇਂ ਜਿਹੜੇ ਆ ਨਾ ਬਹੁਤ ਵਧੀਆ ਕਿਸਮਤ ਚੰਗੀ ਆ, ਤੇ ਫੇਰ ਹੁੰਦੇ ਇਦਾਂ ਦੇ ਅਨਮੋਲ ਸਮੇਂ ਹੁੰਦੇ ਆ। ਲੰਘਦੀਆਂ ਟਾਈਮ ਪਰ ਹੋਣੇ ਵੀ ਸ਼ਕਲਾਂ ਕਿੰਨੀਆਂ ਬਦਲ ਜਾਂਦੀਆਂ ਨਾ ਬੰਦੇ ਦੀ ਉਮਰ ਦੇ ਹਿਸਾਬ ਨਾਲ, ਸਾਰਾ ਕੋਈ ਪੁੱਤ ਬਦਲੀ ਜਾਂਦਾ ਵਾ ਕੇ। ਉਦੋਂ ਤੇ ਫੇਰ ਉਹ ਗੱਲ ਛੋਟੀ ਉਮਰ ਹੁੰਦੀ ਆ। ਐਲਬਮ ਡੇ ਵੀ ਸੁਣ। ਖਿਲਾਰੀ ਭੇਹੀ ਲੈਣੀ ਆ, ਉਹ ਵੇਚ ਵੀ ਦਿੱਤੀ ਉਹਨੇ, ਤੁਸੀਂ ਦੱਸਿਆ ਹੀ ਨੀ ਕੁਛ। ਮੈਂ ਦੱਸਿਆ ਕਿ ਗੁਰੂਆ ਤੁਹਾਨੂੰ ਤੇ ਅਸੀਂ ਆਖਣ ਡੇ ਕਿ ਅਸੀਂ ਲੈਣੀ ਆ, ਤੇ ਅਸੀਂ ਲਿਪ ਚੋਂ ਪੈਸੇ ਕਢਾ ਕੇ ਤੁਹਾਨੂੰ ਦੇ ਦਿੰਦੇ ਹਾਂ ਥੋੜੇ ਬਹੁਤੇ। ਡੈਡੀ ਤੁਸੀਂ ਵੀ ਸਵਾਲ ਹੀ ਲਈ ਗਏ ਉਦੋਂ ਤੇ ਉਹਨਾਂ ਨੂੰ ਹੱਥ ਪੈਰ ਫੜਾਏ ਹੁੰਦੇ ਲਿਮਟ ਕਢਾ ਕੇ, ਤੇ ਉਹ ਗੱਡੀ ਸਾਡੀ ਹੋਣੀ ਸੀ ਹੁਣ। ਨਹੀਂ ਜੀ, ਉਹ ਘਰ ਜਾ ਕੇ ਸਾਰੀ ਗੱਲਬਾਤ ਕਰ ਲਈ ਜਾਂਦੇ, ਕੋਈ ਨੀ ਦੇ ਦਾਂਗੇ। ਤੇ ਫਿਰ ਏਦਾਂ ਤਾਂ ਨਹੀਂ ਨਾ ਕਰਨੀ ਚਾਹੀਦੀ ਉਹਨਾਂ ਨੂੰ ਸਾਡੇ ਨਾਲ। ਉਹਨਾਂ ਨੂੰ ਪੈਸੇ ਨਗਦ ਮਿਲ ਗਏ 9 ਲੱਖ ਦੀ ਵੀ ਵੇਚਤੀ ਉਹਨਾਂ ਨੇ, ਤੇ ਫਿਰ ਵੀ ਅਸੀਂ ਵੀ ਤਾਂ ਦੇ ਹੀ ਦੇਣੇ ਹੀ ਕਿਉਂ। ਪਰ ਮੁੰਡਿਆਂ ਨੇ ਬਾਰੋ ਬਾਰੀ ਸੌਦਾ ਕਰ ਲਿਆ। ਬਲਜੀਤ ਨਾਲ ਗੱਲਾਂ ਕਰਨ ਲੱਗੀ ਆ ਮੈਂ, ਐਲਬਮ ਦੇਖ ਕੇ ਮੁੜ ਕੇ ਮੈਂ ਦੱਸਦੀ ਆ ਵੀ ਚੱਲ ਬਲਜੀਤ ਜੇ ਅੱਜ ਗੱਲਬਾਤ ਸਾਡੀ ਬਣ ਜਾਂਦੀ ਤੇ ਗੱਡੀ ਲੈ ਕੇ ਤੇ ਪਹਿਲਾਂ ਬਾਬੇ ਘਰ ਹੀ ਜਾਣਾ ਵਾ। ਬਾਬੇ ਨੇ ਕਿਰਪਾ ਕੀਤੀ ਆ ਤੇ ਏਡੇ ਸੋਹਣੇ ਦਿਨ ਆਏ ਤੇ ਸਭ ਕੁਝ ਚੰਗਾ ਹੋਇਆ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਹਾਂਜੀ ਵਧੀਆ, ਤੁਸੀਂ ਦੱਸੋ। ਸੁੱਖ ਕੀ ਕਰਦੀ ਆ? ਕੁਛ ਨਹੀਂ, ਮੈਂ ਕੰਮ ਧੰਦਾ ਕਰਕੇ ਤੇ ਫ੍ਰੀ ਹੋ ਕੇ ਲੰਮੇ ਪਈ ਹਾਂ। ਮੈਂ ਕੀ ਕਰਨਾ, ਤੁਸੀਂ ਦੱਸੋ। ਅੱਛਾ, ਤੇ ਕੀ ਖਾਣਾ ਪੀਣਾ? ਖਾਣਾ ਪੀਣਾ ਕੀ ਆ, ਰੋਟੀ ਪਾਣੀ ਮੈਂ ਖਾ ਲਿਆ ਵਾ, ਹੁਣ ਬਸ ਮੈਂ ਫ੍ਰੀ ਹੀ। ਮੈਂ ਕਿਹਾ ਚੱਲ ਘੜੀ ਲੱਗ ਸਿੱਧਾ ਕਰ ਦਿੰਦੀ। ਖਾਣਾ ਪੀਣਾ ਮਤਲਬ ਕਿ ਕਿਹੜੀ ਚੀਜ਼ ਖਾਣੀ ਆ? ਕਿਹੜੀ ਚੀਜ਼ ਖਾਣੀ ਆ? ਕੁਛ ਵੀ ਨਹੀਂ, ਕਿਉਂ ਕੀ ਹੋਇਆ ਵਾ? ਵਿਆਹ ਨੂੰ ਹਜੇ 6 ਮਹੀਨੇ ਹੋਏ ਤੇ ਵਿਚਾਰੀ ਮੁੱਕ ਗਈ ਸੀ ਉਦੋਂ।
ਕੀ ਬੰਦਾ ਕਰ ਸਕਦਾ ਵੇਖ ਲੋ, ਜਿਆਦਾ ਹੀ ਰਹਿ ਜਾਂਦੀਆਂ। ਕੋਈ ਸਾਰਾ ਕੁਛ ਕਰਕੇ ਜਾਵੇ ਨਾ ਫੇਰ ਵੀ ਦੁੱਖ ਇੰਨਾ ਹੁੰਦਾ ਵਾ, ਤੇ ਜਿਹੜਾ ਇੰਨਾ ਥੋੜੇ ਟਾਈਮ ਚ ਬੰਦਾ ਜਾਂਦਾ ਵਾ ਨਾ ਉਹਨਾਂ ਦਾ ਵੀ ਸਗੋਂ ਜਿਆਦਾ ਹੋ ਜਾਂਦਾ ਵਾ। ਕਿੱਥੇ ਮੁੜ ਕੇ ਆਉਣਾ, ਮੁੜ ਕੇ ਨਹੀਂ ਆਉਣਾ। ਇੱਕ ਵਾਰ ਜਿਹੜਾ ਚਲ ਜਾਂਦਾ ਬੰਦਾ, ਇਹ ਬੰਦਾ ਫੋਟੋਆਂ ਚ ਕੈਦ ਹੋ ਜਾਂਦਾ ਤੇ ਬੰਦਾ ਮੁੜ ਕੇ ਵਹਿੰਦਾ ਰਹਿੰਦਾ। ਯਾਦਗਿਰੀਆਂ ਵਾ ਵੀ ਇੱਕ ਹਿਸਾਬ ਦੀਆਂ ਇਹ। ਉਹ ਸੁੱਖ ਕੋ ਕੁਸਕੀ ਆ ਕਿ ਨਹੀਂ? ਡੈਡੀ ਜੀ ਅੱਗੇ ਬੜਾ ਮੂਡ ਖਰਾਬ ਹੋਇਆ, ਹੁਣ ਸੁੱਖ ਦਾ ਨਾਂ ਲੈ ਕੇ ਹੋਰ ਨਾ ਮੂਡ ਖਰਾਬ ਕਰੋ। ਇਹੋ ਕਿਤੇ ਗੱਡੀ ਲਈ ਹੁੰਦੀ, ਕਿੰਨਾ ਚਾਅ ਚੜਨਾ ਸੀ, ਨਾਲੇ ਉਹਨੂੰ ਵੀ ਪਤਾ ਲੱਗ ਜਾਂਦਾ ਅਸੀਂ ਵੀ ਕੁਛ ਬਣਾਇਆ। ਉਹ ਚੱਲ ਕਿਤੇ ਲੈ ਲਾਂਗੇ ਗੱਡੀ, ਤੇ ਹੋਰ ਕਿਤੇ ਲੈ ਲਾਂਗੇ, ਹੋਰ ਫਿਰ ਕੀ ਜੇ ਲੈਣੀ ਹੈ ਫਿਰ ਲੈ ਲਾਂਗੇ। ਹੋਰ ਕਿਤੇ ਤੇ ਮਹਿੰਗੀ ਮਹਿੰਗੀ ਹੋਵੇ ਤੇ ਖਲੋਤੀ ਨਹੀਂ ਆਪਣੇ ਘਰ। ਇੰਨਾ ਚੰਗਾ ਹੈ ਜਿਹੜਾ ਉਹਨੂੰ ਨਹੀਂ ਪਤਾ, ਨਹੀਂ ਤਾਂ ਉਹਨੇ ਚੜਗਿੱਲੀ ਮਾਰਨੀ ਸਾਡੀ। ਲੱਲੀ ਗੱਡੀ, ਲੱਲੀ ਗੱਡੀ ਸੁੱਖ ਨੇ ਮੰਮੀ ਪਤਾ ਤਾਂ ਲੱਗਣੋਂ ਰਹਿਣਾ ਨਾ, ਪਤਾ ਲੱਗ ਹੀ ਜਾਣਾ। ਸਹੀ ਗੱਲ ਨਾ, ਚੰਗੀ ਗੱਲ ਭਾਵੇਂ ਕੋਈ ਨਾ ਹੀ ਦੱਸੀ ਦੇਣੇ ਗੱਲਾਂ ਤਾਂ ਲੋਕੀ ਵੀ ਆਣ ਕੇ ਬਥੇਰੀਆਂ ਦੱਸਦੇ ਆ। ਮੰਡੀ ਦੱਸਦੇ ਆ, ਚਲ ਅੱਛਾ ਮਾਰ ਅੱਜ ਕੋਈ ਨੀ, ਕਰਮਾਂ ਚ ਉਦ ਕੋਈ ਨੀ, ਫੇਰ ਮਿਲ ਜੂਗੀ। ਕੀ ਪਤਾ ਚੰਗੀ ਮਿਲ ਜਾਵੇ, ਇਹ ਗੱਲ ਦਾ ਕੀ ਪਤਾ, ਜੋ ਰੱਬ ਕਰਦਾ ਚੰਗਾ ਹੀ ਕਰਦਾ। ਉਹਦੀ ਸਾਬੀ ਦਾ ਨੀ ਫੋਨ ਆਇਆ, ਉਹਨੂੰ ਕਿ ਸਾਬੀ ਨੇ ਆਉਣਾ ਹੁੰਦਾ ਨੀ। ਮੈਨੂੰ ਕਿੱਥੇ ਆਇਆ, ਤੁਹਾਨੂੰ ਆਇਆ ਵੀ ਸਾਨੂੰ ਦੱਸ, ਸਾਡਾ ਵੀ ਪੁੱਤ ਵਾ, ਚਲੋ ਸਾਨੂੰ ਵੀ ਦੱਸ ਦਿਆ ਕਰੇ ਵੀ ਅੱਜ ਆਉਣਾ ਜਾਂ ਕੱਲ ਨੂੰ ਆਉਣਾ ਵਾ, ਸਾਡੇ ਕੋਲ ਨਾ ਹੀ ਨਹੀਂ ਲੈਂਦੀ ਉਹਦਾ। ਅਸੀਂ ਵੀ ਇੱਥੇ ਵੇਖਣ ਨੂੰ ਫੰਡਿਆ ਪਏ ਨਾ ਫੋਟੋਆਂ, ਅਸੀਂ ਕਿਹੜਾ ਬਾਹਰ ਨਿਕਲੇ ਆ ਵੀ ਕੀ ਕਰਦੀ ਤੇ ਕੀ ਨਹੀਂ ਕਰਨ ਡਈ। ਉਹ ਮੰਮੀ ਅੱਗੇ ਕਿਹੜਾ ਬਾਹਰ ਨਿਕਲਦੀ, ਅੰਦਰ ਰਹਿ ਤੇ ਖੂਨ ਨਾਲ ਪੱਕੀਆਂ ਪਕਾਉਂਦੀ ਰਹਿੰਦੀ, ਕਦੀ ਮਾਰ ਲਾ ਲਿਆ, ਕਦੀ ਤੇਲ ਨੂੰ ਲਾ ਲਿਆ। ਹੁਣ ਆਪੇ ਵੇਖੋ ਕੀ ਕਰਦੀ ਆਪੇ ਦੱਸੂਗੀ ਨਾ। ਪਰ ਓਦਾਂ ਇਹ ਆ ਵੀ ਹੁਣ ਸਾਰੇ ਕੰਮ ਹੋ ਜਾਣੇ, ਆਪਣੇ ਨਿਆਣੇ ਮੈਨੂੰ ਦੇ ਆਪ ਅਗੜਾਂਦੀ, ਫਿਰ ਉਹ ਗੱਲ ਹੋਈ ਨਾ, ਪੈਸੇ ਉਹਨੂੰ ਫੜਾ ਕੇ ਆਪ ਹੁਣ ਤਰਲੇ ਲੈਣ ਡਈ ਆ। ਹੁਣ ਸਾਰਾ ਕੁਛ ਲੱਕੜ ਦਾ ਕੰਮ ਹੋ ਜਾਣਾ ਸੀਗਾ, ਹੋਰ ਤੇ ਮੁੜ ਕੇ ਆਪੇ ਜੋ ਮਰਜ਼ੀ ਰੰਗ ਕਰਾਉਂਦੇ, ਟੈਲਾਂ ਲਾਉਂਦੇ, ਜੋ ਮਰਜ਼ੀ ਕਰਦੇ, ਉਹ ਜਿਹੜਾ ਚਲਾਕੀਆਂ ਜ਼ਿਆਦੀਆਂ ਕਰਦਾ ਨਾ ਉਹਦੇ ਨਾਲ ਇਦਾਂ ਹੀ ਹੁੰਦਾ, ਉਹ ਧੋਖੇ 'ਚ ਜਾਂਦਾ ਮੁੜ ਕੇ ਬਾਅਦ 'ਚ। ਪਰ ਇਹਦਾ ਕੀ ਗਿਆ, ਟੁੱਟ ਤੇ ਉਹ ਮਰਦਾ ਰਿਹਾ ਬਾਹਰ। ਹਾਂ ਦੋਲੇ ਪ੍ਰਦੇਸ ਆ, ਸਿਆਣਿਆਂ ਨੇ ਆਖਿਆ ਪ੍ਰਦੇਸਾਂ ਵਾਲੇ ਹਿਸਾਬ ਹੁੰਦਾ, ਜਦੋਂ ਧੀਆਂ ਪੁੱਤ ਕੰਮਾਂ ਧੰਦਿਆਂ ਦੇ ਜਾਂਦੇ ਆ। ਚਲੋ ਕਮਾਈ ਬੜੀ ਔਖੀ ਆ, ਇਹਦਾ ਕੀ ਆ, ਛੱਡੋ ਖੜਾ ਤਾਂ ਛੱਡਿਆ ਹੀ ਆ, ਅਸੀਂ ਕੀ ਆਖਿਆ ਇਹਨੂੰ ਫੜਿਆ ਉਹ ਪੈ ਗਿਆ ਹੀ ਸਿਆਪਾ। ਜਿਹੜੇ ਸਿਆਪੇ ਤੋਂ ਮੈਂ ਡਰਦੀ ਹਾਂ, ਮੈਂ ਵੀ ਇਹ ਵੀ ਬੰਦੇ ਨੇ ਨਾ ਕਿਤੇ ਫੋਨ ਕਰਕੇ ਹੀ ਨਹੀਂ ਦੱਸਿਆ ਵੀ ਮੈਂ ਆਉਣ ਡਿਆ ਵਾਂ। ਚੱਲ ਜੀ ਪਤਾ ਲੱਗ ਜਾਂਦਾ ਕੋਈ ਨਾ ਕੋਈ ਜੁਗਾੜ ਕਰਕੇ, ਤੇ ਮੰਮੀ ਨੇ ਤਾਂ ਨਹੀਂ ਦੱਸਦਾ ਸਾਮੀ, ਅੱਗੇ ਜਦੋਂ ਵੀ ਆਉਂਦੇ ਮੈਨੂੰ ਫੋਨ ਕਰਕੇ ਦੱਸ ਦਿੰਦੇ ਹੁੰਦੇ ਕਿ ਮੈਂ ਇੱਦਾਂ ਆਉਣਾ ਜਾਂ ਨਹੀਂ, ਹੁਣ ਤਾਂ ਮੇਰੇ ਸਿਰ ਉੱਤੇ ਆਣ ਕੇ ਹੀ ਦੱਸਿਆ ਵਾ। ਹੋ ਨਾ ਹੋ ਮੰਮੀ ਨੇ ਦੱਸਦਾ, ਉਹੀ ਗੱਲ ਨਾ ਢਿੱਡ ਚੋਂ ਗੱਲਾਂ ਇਹਦੇ ਨਿਕਲਦੀਆਂ ਨਹੀਂ ਆ। ਹੁਣ ਮੈਂ ਕੀ ਜਵਾਬ ਦਊਂਗੀ, ਮੈਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਉਹਨੇ ਤਾਂ ਬੋਲਣ ਲੱਗੇ ਨੇ ਵੇਖਣਾ ਵੀ ਕੁਛ ਨਹੀਂ, ਇਹਨੇ ਕਹਿਣਾ ਮੈਨੂੰ ਹੁਣੇ ਹੀ ਲਿਆ ਕੇ ਦੇ। ਉਹਨੇ ਕਹਿਣਾ ਮੈਨੂੰ ਨੀ ਪੁੱਛਿਆ, ਮੇਰੇ ਮਾਂ ਪਿਓ ਨੂੰ ਨੀ ਪੁੱਛਿਆ ਪੈਸੇ ਦੇਣ ਲੱਗੀ ਨੇ, ਤੂੰ ਹੀ ਵੱਡੀ ਚਾਦਰ ਬਣ ਗਈ ਹੈ ਬਸ। ਹਾਏ ਰੱਬਾ ਤੂੰ ਹੀ ਬਚਾ ਲਾ ਮੈਨੂੰ ਹੁਣ। ਬਲਜੀਤ ਪੁੱਤ ਹਾਂ ਹੁਣ ਤੂੰ ਚੁੱਕ ਲਾ, ਵੇਖੀਆਂ ਬਹੁਤ ਸੋਹਣੀਆਂ ਵਾ, ਏਦਾਂ ਜਿੱਦਾਂ ਵੇਖੀਆਂ ਚਿਰੀ ਚਿਰੀ ਤੇ ਸੋਹਣੀਆਂ ਲੱਗਦੀਆਂ ਵਾ। ਤੇ ਪਰ ਮੇਰੀ ਗੱਲ ਸੁਣ, ਇੱਕ ਵਾਰ ਜਾ ਉੱਧਰ ਰਾਜਵਿੰਦਰ ਵੱਲ ਫੇਰ। ਮੰਮੀ ਮੈਨੂੰ ਤਾਂ ਸ਼ਰਮ ਆਉਣ ਲੱਗ ਗਈ ਆ,
ਮੈਂ 2 ਵਾਰੀ ਤੇ ਅੱਗੇ ਜਾ ਹੀ ਉਹਨਾਂ ਦੇ ਘਰ, ਉਹਨੇ ਕਹਿਣਾ ਇਹ ਤਾਂ ਦੀਵਾਲੀ ਹੋ ਗਈ ਮੇਰੇ, ਮੈਂ ਜਦੋਂ ਮੋੜਨੇ ਉਦੋਂ ਮੋੜਨੇ ਆ, ਇਹਨੇ ਤਾਂ ਘਰ ਲੈ ਕੇ ਛੱਡਣੇ ਆ। ਲੈ ਕੇ ਤੇ ਛੱਡਣੇ ਆ ਤੇ ਪੁੱਤ ਕਿਹੜੇ ਆਪਾਂ ਪੁੰਨਾ ਲੱਥੀ ਦਿੱਤੇ ਆ, ਹੱਥ ਵਧਾ ਹੀ ਦਿੱਤਾ ਸੀਗਾ। ਮੈਨੂੰ ਤਾਂ ਏਦਾਂ ਧੁੜਕੂ ਜਿਹਾ ਲੱਗੀ ਜਾਂਦਾ, 24 ਘੰਟੇ ਏਦਾਂ ਮਨ ਨੂੰ ਚੁੰਧਗੀ ਲੱਗੀ ਰਹਿੰਦੀ ਆ, ਇਹ ਕਦੋਂ ਪੈਸੇ ਮੋੜਨਗੇ ਮੇਰੇ ਪੁੱਤ ਦੇ। ਮੰਮੀ ਤੂੰ ਵੀ ਟੈਨਸ਼ਨ ਲਈ ਜਾਂਦੀ ਤੇ ਡੈਡੀ ਵੀ ਟੈਨਸ਼ਨ ਲਈ ਜਾਂਦਾ, ਦੇਣ ਵਾਲੀ ਨੂੰ ਮਾਸਾ ਸ਼ਰਮ ਨੀ ਆਈ ਹੈਗੀ। ਜੇ ਹੁਣ ਮੈਂ ਜਾਵਾਂ ਨਾ ਤੇ ਬਹੁਤੀ ਗੰਨੀ ਗੱਲ ਚੜ ਜਾਣੀ ਆ, ਜੇ ਨਾ ਉਹਨੇ ਦੇਣੇ ਹੋਣ ਤੇ ਮੇਰੇ ਮੂੰਹ ਕੋਈ ਗੱਲ ਨਿਕਲ ਜਾਏ ਤੇ ਉਹ ਫੇਰ ਆਖੇ ਵੀ ਜਾਓ ਮੈਂ ਨੀ ਦੇਣੇ, ਕੀ ਕਰ ਲੋਗੀ। ਮੰਮੀ ਤੁਹਾਨੂੰ ਭੁਲੇਖਾ, ਬਹੁਤੀ ਕੰਮੀ ਤੇ ਚੜ ਗਈ ਆ ਗੱਲ, ਜਾਣੀ ਆ ਨੂੰ ਕਹਿੰਦੇ ਆ ਦੇ, ਤੁਹਾਡੀ ਗੱਲ ਮੋੜ ਵੀ ਨਹੀਂ ਦੇ ਸਕਦੀ। ਉਹ ਵੇਲਾ ਚੰਗਾ ਉਹ ਜਿੱਦਣ ਪੁੱਤ ਦੇ ਪੈਸੇ ਘਰ ਆ ਜਾਣਗੇ। ਆਪੇ ਦਊਗੀ ਹੁਣ ਕਿ ਉਹਨੂੰ ਪਤਾ ਲੱਗ ਗਿਆ ਵੀ ਸਾਡੇ ਟੱਬਰ ਨੂੰ ਪਤਾ ਵਾ। ਅੱਗੇ ਉਹਨੂੰ ਇਹੀ ਵੀ ਕੱਲੀ ਨੂੰ ਘਰੇ ਉਹਨੇ ਚੋਰੀ ਦਿੱਤੇ ਆ ਤੇ ਮੈਂ ਦਵਾਂ ਨਾ ਦਵਾਂ, ਉਹਨੂੰ ਇਹ ਨਹੀਂ ਨਾ ਪਤਾ ਵੀ ਟੱਬਰ ਨਾਲ ਦੀ ਸੁਲਾਹ ਹੋ ਜਾਣੀ ਆ, ਤੇ ਇਹਨੇ ਦੱਸ ਦੇਣਾ ਆਪਣੀ ਸੱਸ ਨੂੰ। ਹੁਣ ਉਹਨੂੰ ਪਤਾ ਲੱਗ ਗਿਆ ਮੈਂ ਦਊਂਗੀ ਕਿ ਚੱਲ ਜਾ ਮੈਂ ਪਾਣੀ ਘੁੱਟ ਪੀ ਲਾਂ। ਹਾਂ ਜਾਨੀ ਕਿੱਧਰ ਤੂੰ ਕਿੱਧਰ ਆ ਵਿੱਚ ਭਾਵੇਂ ਵੱਜ ਜਾਂਦੀ ਤੇ ਮੈਂ ਤਾਂ ਘਰ ਚੱਲਿਆ, ਤੂੰ ਕਿਹੜੇ ਚੱਲੀ ਆ? ਮੈਂ ਰਾਜਵਿੰਦਰ ਦੇ ਘਰ ਚੱਲੀ ਆ। ਕੀ ਕਰਦਾ? ਮੰਮੀ ਕਹਿੰਦੀ ਜਾ ਫੇਰ ਹੋ ਕੇ ਆ, ਮੰਮੀ ਨਹੀਂ ਮੈਨੂੰ ਟਿਕਣ ਦੇਣ ਦੀ ਤੇ ਉਹ ਨਹੀਂ ਮਿਲਣੇ ਜਿਹੜੇ ਮਰਜ਼ੀ ਫੇਰੇ ਮਾਰ ਲਓ। ਹੁਣ ਨਹੀਂ ਹੁਣ ਮਿਲ ਜਾਣੇ ਅਦਨ, ਕਹਿੰਦੀ ਮੈਂ ਦੀਦੀ ਮੋੜ ਦੂੰਗੀ। ਅੱਗੇ ਉਹਨੂੰ ਕੱਲੀ ਨੂੰ ਪਤਾ, ਹੁਣ ਸਾਰੇ ਟੱਬਰ ਨੂੰ ਪਤਾ, ਉਹਨੂੰ ਵੀ ਸ਼ਰਮ ਆ ਜਾਣੀ ਆ ਹੁਣ ਤੇ। ਚਲ ਪੁੱਛ ਲਾ ਜੇ ਮਿਲ ਗਏ ਤੇ ਚੰਗੀ ਗੱਲ ਆ। ਆ ਜਾਓ ਤੁਸੀਂ ਵੀ ਨਾਲ। ਨਹੀਂ ਤੂੰ ਜਾ, ਮੰਮੀ ਘਰੇ ਆ ਨਾ। ਆਪ ਕਿੰਨਾ ਡਰਦੇ ਬੇਇੱਜ਼ਤੀ ਤੋਂ। ਮੈਂ ਨਾ ਪੈਸੇ ਦਿੰਦਾ ਕਿਸੇ ਕੋ, ਨਾ ਮੈਂ ਮੰਗਦਾ, ਉਹ ਡੈਡੀ ਦਾ ਕੰਮ ਆ। ਨਾ ਮੇਸੀ ਘਰ ਨੂੰ ਮੈਨੂੰ ਰੱਖਿਆ ਬੇਟੀ, ਮੈਂ ਤੈਨੂੰ ਕਿਹਾ ਕਦੋਂ ਕਿਹਾ ਜਾ, ਜਾਣਾ ਤੇ ਜਾ ਤੇ ਛੇਤੀ ਮੋੜਾਂ ਵੀ, ਮੈਂ ਰੋਟੀ ਖਾਵਾਂਗਾ ਜਾ ਕੇ। ਤੁਸੀਂ ਕਿਹੜੀਆਂ ਸੋਚਾਂ 'ਚ ਡੁੱਬ ਗਏ ਆ? ਮੈਨੂੰ ਪਤਾ ਤਾਂ ਲੱਗਣ ਡਿਆ ਵਾ ਵੀ ਚੱਲ ਜੇ ਐਲਬਮ ਵੇਖੀ ਆ ਤੇ ਥੋੜ੍ਹਾ ਬਹੁਤਾ ਬੰਦੇ ਨੂੰ ਖੁਸ਼ੀ ਵੀ ਹੋਈ ਆ ਤੇ ਥੋੜ੍ਹਾ ਬਹੁਤਾ ਮਨ 'ਚ ਵੀ ਰੱਖਣਾ ਚਾਹੀਦਾ ਵਾ। ਹੁਣ ਜਦੋਂ ਦੀ ਭੈਣ ਜੀ ਮੈਨੂੰ ਇੱਦਾਂ ਹੋਈ ਆ ਤੇ ਤੁਸੀਂ ਉਹਦੀ ਟੈਨਸ਼ਨ ਲੈ ਲਈ ਆ ਨਾ ਯਾਰੀ, ਜਿੱਦਾਂ ਫੋਟੋ ਵੇਖ ਉਹ ਫੋਟੋ ਵੇਖ ਕੇ ਆ ਹੀ ਜਾਂਦੀਆਂ ਫਿਰ ਮਨ ਤੇ ਹੁੰਦਾ ਹੀ ਆ ਉਹ ਛੋਟੀ ਭੈਣ ਹੀ ਉਹੋ ਹੀ ਵੀ ਅੱਜ ਉਹ ਹੁੰਦੀ ਤੇ ਕਿੰਨਾ ਚਾਹ ਹੋਣਾ ਹੋਣਾ ਹੀ। ਉਹਨਾਂ ਦੇ ਆਪਣਾ ਨਹੀਂ ਵਿਚਾਰ ਨੇ ਕੋ ਵੇਖਿਆ ਕਰਦਿਆਂ ਦਾ ਟੱਬਰ ਦਾ ਸਭ ਕੋ ਵੇਖਿਆ ਨਹੀਂ ਆਉਣਾ ਹੀ ਮਿਲਣ ਗਏ ਨਾ ਕਿੰਨਾ ਚਾਹ ਹੋਣਾ ਹੀ ਤੇ ਮਨ ਤੇ ਹੁੰਦਾ ਹੀ ਆਗੇ ਬੜਾ ਹੁੰਦਾ ਵਾ ਕਿ ਦੁੱਖ ਤੇ ਹੁੰਦੇ ਹੀ ਆ ਦੁੱਖ ਭੈਣ ਭਰਾਵਾਂ ਦਾ ਇਦਾਂ ਮਾਰਦੇ ਆਗੇ। ਹੁਣ ਹੀ ਲੋਕਾਂ ਦਾ ਪਿਆਰ ਮੁੱਕ ਗਿਆ ਦੁਨੀਆ ਤੋਂ, ਨਹੀਂ ਪਹਿਲਾਂ ਤੇ ਕੋਈ ਗੱਲ ਨਹੀਂ ਇਹੋ ਜੀ ਵੇਖਣ ਦਾ ਵੇਲਾ ਤੇ ਹੁਣ ਆ ਜਾ। ਰਵੀਰ ਪਿੱਠੇ ਜੇ ਦੇਖੇ ਆ ਤੇ ਤੁਸੀਂ ਉਹਨੂੰ ਫੇਰ ਬੁਲਾਤਾ ਵਾ ਉਧਰ। ਹਾਏ ਹਾਏ ਕਿਨੂੰ? ਬਲਜੀਤ ਨੂੰ। ਬਲਜੀਤ ਨੂੰ ਹੀ ਤੇ ਫੇਰ ਕੀ ਘਲਾਤਾ? ਤੂੰ ਅੱਗੇ ਵੀ ਉਹ ਗਈ ਤੇ ਹੁਣ ਵੀ ਉਹਨੂੰ ਘਲਾਤਾ? ਮੰਮੀ ਬਲਜੀਤ ਦੇ ਕਿਹਾ ਉਹਨੇ ਪੈਸੇ ਨਹੀਂ ਗਏ ਜਾਂਦੇ, ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਵਾ ਇਹ ਗੱਲ ਦਾ। ਉਦਣ ਗਈ ਸੀ ਨਾ ਉਹਨੇ ਨੂੰ ਨਾਰਾ ਲਾਇਆ ਨਾ ਮੈਂ ਦਊਂਗੀ ਤੇ ਕੀਤਾ ਜੇ ਉਹਨੂੰ ਫੜਾ ਹੀ ਦਵੇ ਕਿ ਉਦਣ ਦੀ ਤੂੰ ਆਈ ਨਹੀਂ ਮੈਂ ਤੈਨੂੰ ਫੜਾਉਣੀ ਤੂੰ ਹੀ ਆਈ ਆ। ਜੇ ਮੰਮੀ ਦੇਣੇ ਉਹਨੂੰ ਤਾਂ ਬੰਦਾ ਆਪ ਫੋਨ ਵੀ ਕਰ ਸਕਦਾ ਕਿ ਭੈਣ ਜੀ ਮੈਂ ਨਹੀਂ ਗਾ ਆਉਣਾ, ਤੂੰ ਆਣ ਕੇ ਪੈਸੇ ਲੈ ਜਾ। ਸੁੱਕ ਆ ਗਈ ਜੀ ਤੂੰ? ਹਲੇ ਬਹਿ ਜਾ 10 ਮਿੰਟ, ਕੋਈ ਨੀ ਮੈਂ ਜੂਸ ਪੀ ਗਿਆ। ਚਲੋ ਕੋਈ ਨੀ ਮੈਂ ਰੋਕ ਕੇ ਬਣਾ ਲੈਣੀ ਆ। ਆਪਣੀ ਚੀਜ਼ ਯਾਰ ਮੈਂ ਪੁੱਛਾਂ, ਮੇਰੀ ਨਿਗਾਹ ਪੈ ਗਈ। ਕੋਈ ਨੀ ਦੱਸ ਦਿੰਦੀ ਲੱਕੜ ਦਾ ਵੀ, ਆਉਂਦੇ ਤੁਸੀਂ ਬਸ ਲੱਕੜ ਦੁੱਕੜ ਦਾ। ਨਹੀਂ ਫੇਰ ਵੀ ਕੋਠੇ ਤੇ ਪਾਈ ਸੁਪਨੇ? ਦੁਕਾਨ ਤੇ ਸੁਪਨੇ ਪਈ ਹੈ ਜੇ ਕੋਈ ਨੀ ਆ ਜਾਂਦੀ ਹੈ। ਠੀਕ ਆ। ਹਾਂ
ਹੋਰ ਬਾਹਰ ਨਹੀਂ ਕਿਹਾ ਤੁਹਾਨੂੰ ਕੋਈ? ਮੰਮੀ ਇੱਧਰ ਆਉਂਦੀ ਹੈ? ਆ ਜਾਂਦੇ ਆ ਜਦੋਂ ਉਹਨਾਂ ਨੂੰ ਕੰਮ ਹੁੰਦਾ, ਉਦਾਂ ਕਿੱਥੇ ਆਉਣਾ ਉਹਨਾਂ ਨੇ ਮੇਰੇ ਵੱਲ ਆਉਂਦੇ ਕਦੀ ਵੀ ਨਹੀਂ। ਤੇ ਤੂੰ ਚਲ ਜਾ ਘਰ। ਮੈਂ ਕੀ ਕਰਨ ਜਾਣਾ ਵਾ, ਮੈਨੂੰ ਤਾਂ ਅੱਗੇ ਉਹਨਾਂ ਨੇ ਇੱਧਰ ਕੱਢਿਆ, ਮੈਨੂੰ ਤਾਂ ਅੱਗੇ ਨਹੀਂ ਵੀ ਐਕਸ ਖਾਂਦੇ, ਮੈਂ ਫਿਰ ਐਵੇਂ ਤੁਰੀ ਜਾਵਾਂ ਮੂੰਹ ਚੁੱਕ ਕੇ ਆਪਣੇ ਘਰ ਹੀ ਸਹੀ ਹੈ। ਨਾ ਕੋਈ ਲੜਾਈ ਦਾ ਨਾ ਝਗੜਾ, ਆਪਣਾ ਕੰਮ ਕਰੋ, ਆਪਣਾ ਖਾਓ ਪੀਓ ਤੇ ਬੈਠੋ। ਓਏ ਉਹ ਤੇ ਗੱਲ ਠੀਕ ਆ, ਪਰ ਚੱਲ ਬੰਦੇ ਦਾ ਮਨ ਹੋਰ ਹੋ ਜਾਂਦਾ ਵਾ। ਤੁਸੀਂ ਵੀ ਡੈਡੀ ਨਾਲ ਰੋਜ਼ ਫੋਨ ਕਰਦੇ, ਲੱਕੜ ਲਿਆਓ ਔਰ ਰੋਜ਼ ਮੇਰੇ ਵੱਲ ਸਾਬਾਦਾ ਮਨਜੀਤ ਦਾ ਫੋਨ ਆਇਆ ਬਸ। ਉਹ ਕੋਈ ਗੱਲ ਨਹੀਂ, ਇੱਦਾਂ ਹੀ ਕਰ ਦਿੰਦੇ ਆ ਬਜ਼ੁਰਗ। ਬਜ਼ੁਰਗ ਨੇ ਬਜ਼ੁਰਗਾਂ ਨਾਲ ਵੱਧ ਤੁਸੀਂ ਇੱਦਾਂ ਕਰਨ ਡੇ ਜੀ? ਆ ਹੀ ਜਾਂਦੀ ਲੱਕੜ ਭਰ ਚੱਲੀ ਕਿਤੇ, ਜੇ ਬੰਦੇ ਕੋਲ ਪੈਸਾ ਹੀ ਨਾ ਹੋਰ ਹੋਵੇ ਕੋਈ ਤੇ ਲੱਕੜ ਕਿੱਥੋਂ ਆਜੂਗੀ? ਲੱਖ ਰੁਪਇਆ ਮੈਂ ਤੈਨੂੰ ਪਾਇਆ ਸੀਗਾ। ਰਾਜਿੰਦਰ ਹਾਂਜੀ ਦੀਦੀ ਹੈਲੋ ਆਈ ਬੈਠੋ ਬੈਠੇ, ਮੈਂ ਜਦੋਂ ਆਉਂਦੇ ਤੂੰ ਇੱਥੇ ਬੈਠੀ ਨਹੀਂ, ਕੰਮ ਕੁੰਮ ਕਰ ਲਿਆ? ਕੰਮ ਕੁੰਮ ਕਰ ਰਹੀ ਟੀ, ਮੈਂ ਹੁਣ ਨਹਾ ਧੋ ਕੇ ਟੀ ਮੈਂ ਫਿਰ ਸੁਕੋ ਲਾ। ਅੱਛਾ ਠੀਕ ਆ, ਕੀ ਕਰਦੇ? ਕੁਛ ਨਹੀਂ, ਮੈਂ ਵੀ ਬੈਠੀ ਹਾਂ, ਮੈਂ ਆਪਣੀ ਐਲਬਮ ਕੱਢ ਕੇ ਬੈਠੀ ਵੇਖਣ ਡਈ। ਪੁਰਾਣੀਆਂ ਜਦਾਂ ਵੇਖਣ ਡਈ ਹਾਂ। ਹੋਰ ਫਰਕ ਕਿੰਨਾ ਪੈ ਜਾਂਦਾ ਬੰਦੇ ਦਾ ਜਿੰਨਾ ਦਿਨ ਫਰਕ ਪੈਂਦਾ, ਇਹ ਚੌਵਾਂ ਸਾਲਾਂ ਚ ਵੇਖਾਂ ਤੇਰਾ ਕਿੰਨਾ ਫਰਕ ਪੈ ਗਿਆ। ਸਹੀ ਗੱਲ ਆ, ਮੇਰੀ ਗੱਲ ਸੁਣ ਹੁਣ। ਦੱਸੋ। ਚੱਲ ਗੱਲ ਨਾ ਗੱਲ ਰਹੀ, ਤੂੰ ਹੁਣ ਪੈਸੇ ਦੇ ਦੇ ਕਹੋ, ਕਿੰਨੇ ਦਿਨ ਹੋ ਗਏ ਮੈਨੂੰ ਸੁਣਾ ਦੇ ਕੇ ਗਈ ਨੂੰ, ਚੰਗੇ ਨਹੀਂ ਲੱਗੀ ਦਾ ਇੱਦਾਂ, ਫਿਰ ਮੰਮੀ ਮੇਰਾ ਨਹੀਂ ਖੜਾ ਛੱਡਣ ਲਈ। ਕੋਈ ਗੱਲ ਨਹੀਂ ਦੀਦੀ, ਅੱਜ ਸ਼ਾਮ ਤੱਕ ਦੇ ਦਿੰਦੇ ਪੈਸੇ, ਸ਼ੇਰਾ ਤੇ ਮੰਮੀ ਗਏ ਆ ਕਢਾਉਣੀ ਪੈਸੇ ਤੇ ਫਿਰ ਸ਼ਾਮ ਨੂੰ ਫੜਾ ਦਿੰਦੀ ਮੈਂ। ਅੱਛਾ ਠੀਕ ਆ, ਫਿਰ ਮੈਂ ਹਾਂ ਆਪ, ਸਗੋਂ ਤੂੰ ਆਪ ਦੇ ਆਉਂਦੀ ਨਾ ਤੇ ਮੈਨੂੰ ਨਹੀਂ ਆਉਣਾ ਪੈਣਾ, ਨਾਲ ਤੇਰੀ ਸੋਭਾ ਹੋ ਜਾਣੀ ਸੀ ਵੀ ਆਪੇ ਹੀ ਦੇ ਗਈ ਆ। ਹੁਣ ਉਹਨੇ ਤੇਰੀ ਬਦਨਾਮੀ ਬੜੀ ਕੀਤੀ ਆ ਘਰ ਵੀ ਪੈਸੇ ਲੱਲੇ ਉਹਨੇ ਨੀ, ਹੁਣ ਮੋੜਨੇ। ਇਹ ਵੀ ਬਦਨਾਮੀ ਤੂੰ ਕਰਕੇ ਨੀ ਮੈਂ ਪੈਸੇ ਦੇ ਕੇ ਮੇਰਾ ਜੀ ਕਰ ਗਿਆ, ਜਿੱਦਾਂ ਇਹ ਰੋਲਾ ਪਾਉਂਦੀ ਆ ਬੰਦਾ ਪੁੱਛੇ ਤੇ ਪੈਸੇ ਮੋੜ ਤਾਂ ਦੇਣੇ ਹੀ ਆ ਨਾ। ਕੋਈ ਗੱਲ ਨੀ, ਮੈਂ ਸ਼ਾਮਾਂ ਦੇ ਆਉਂਦੀ ਨਾ, ਨਾਲੇ ਮੈਨੂੰ ਪੁੱਛ ਕੇ ਆਉਂਗੀ। ਚੱਲ ਠੀਕ ਆ, ਹੁਣ ਦੇ ਆਈ ਚੰਗਾ, ਚੱਲ ਹੁਣ ਨਾ ਵੱਧ ਘੱਟ ਕਰੀ, ਬੁਰੇ ਲੱਗੀਦਾ ਵਾ। ਨਹੀਂ ਵੱਧ ਘੱਟ ਤੇ ਕੀ ਕਰਨੀ ਆ, ਤੁਹਾਡੇ ਮੂੰਹ ਨੂੰ ਚੁੱਪ ਚੁੱਪੀ ਤੇ ਦੇ ਆਉਂਗੀ, ਹੁਣ ਫਿਰ ਕੀ ਕਰਨਾ, ਇਹਦੀ ਤੇ ਆਦਤ ਹੀ ਇੱਦਾਂ ਦੀ ਹੋ ਗਈ ਆ। ਘਰ ਵੀ ਸਾਡੇ ਨਾਲ ਕਿਹੜੀ ਦੀ ਬਣਦੀ ਆ, ਅੱਜ ਜਦੋਂ ਪੈਸੇ ਤੇਰੇ ਕੋਲ ਲੈਣ ਵਾਲੇ ਸੀ ਨਾ, ਇਹਨੂੰ ਤਾਂ ਖਰੇ ਕੀ ਵਹਿਮ ਹੋ ਗਿਆ, ਤੂੰ ਹੀ ਕਿਤੇ ਇੱਕ ਦੋ ਵਾਰੀ ਗੁੱਸੇ ਨਾਲ ਕਹਿ ਦਿੱਤਾ ਹੋਣਾ ਵਾ ਵੀ ਮੈਂ ਨੀ ਗੇ ਪੈਸੇ ਮੋੜਨੇ, ਤੇ ਫਿਰ ਕਹਿੰਦੀ ਵੀ ਹੁਣ ਉਹਨਾਂ ਪੈਸੇ ਨੀ ਮੋੜਨੇ, ਤੇ ਫਿਰ ਪਤਾ ਨਹੀਂ ਕਿਹੜੇ ਹਿਸਾਬ ਨਾਲ ਮੈਨੂੰ ਦੱਸ ਦਿੱਤਾ, ਨਾਲੇ ਮੈਂ ਪੁੱਛਣੋਂ ਹਟੀ ਨਹੀਂ, ਤੇ ਹੁਣ ਦੱਸਿਆ ਤੇ ਹੁਣ ਉਹਨੂੰ ਤੇ ਨਹੀਂ ਮੈਂ ਪੁੱਛ ਕੇ ਆਈ, ਮੰਮੀ ਦੇ ਤੌਰ ਤੇ ਆਈ ਹਾਂ। ਮੰਮੀ ਕਹਿੰਦੀ ਵੀ ਜਾ ਉਹਨੂੰ ਕਹਿ ਵੀ ਪੈਸੇ ਹੁਣ ਮੋੜ ਦੇ, ਵੀ ਦਿਨ ਕਿੰਨੇ ਹੁੰਦੇ ਜਾਣ ਦੇ, ਨਾਲੇ ਉਹਨੇ ਹੁਣ ਆਪਣੇ ਘਰ ਦਾ ਕੰਮ ਕਰਾਉਣਾ, ਨਾਲੇ ਕੀਤਾ ਉਹਨੇ ਆਪਣੇ ਘਰ ਵਾਲੇ ਨੂੰ ਦੱਸਿਆ ਕਿ ਨਹੀਂ ਦੱਸਿਆ? ਪਤਾ ਨੀ ਮੈਨੂੰ ਇੰਨਾ ਦੱਸਿਆ ਕਿ ਨਹੀਂ ਦੱਸਿਆ, ਉਦੋਂ ਤੁਹਾਡੇ ਨਾਲ ਸਿੱਧੇ ਮੂੰਹ ਬੋਲਦੀ ਨੀ, ਹੁਣ ਪੈਸਿਆਂ ਦੀ ਗੱਲ ਹੀ ਹੁਣ ਤੁਹਾਨੂੰ ਬੁਲਾ ਲਿਆ, ਕੋਈ ਮਤਲਬ ਨੂੰ ਹੀ ਆ ਫਿਰ ਵੀ। ਏਦਾਂ ਹੀ ਆ ਦੁਨੀਆਂ ਮਤਲਬ ਦੀ ਆ, ਕੀ ਕਰਨਾ ਫਿਰ। ਚਲੋ ਬੈਠੋ, ਮੈਂ ਬਣਾਵਾਂ ਚਾਹ ਪੀ ਕੇ। ਇਹਨਾਂ ਦੁਨੀਆਂ ਮਤਲਬ ਦੀ ਇਹ ਕਿ ਨਹੀਂ ਕੋਈ ਕਿਸੇ ਦਾ ਦਿੰਦੀ, ਇਹ ਗੱਲ ਤੁਹਾਡੀ ਸਹੀ ਆ। ਬਹਿ ਜਾਓ, ਮੈਂ ਚਾਹ ਪੀ ਲਈ। ਚਾਹ ਨਹੀਂ ਮੈਂ ਪੀਣੀ, ਮੈਂ ਨਾ ਗੋਲੀ ਖਾ ਕੇ ਲੰਮੀ ਪੈਣਾ ਵਾ, ਮੈਨੂੰ ਜ਼ੁਕਾਮ ਬੜਾ ਹੀ ਹੋਇਆ, ਇਹਨੂੰ ਵੀ ਬਾਅਦ ਤੋਂ ਪਤਾ ਲੱਗਣਾ ਹੀ ਪਿਆ ਹੋਣਾ ਵਾ, ਫਿਰ ਮੈਂ ਜਾ ਕੇ ਘੜੀ ਤੂੰ ਫਿਰ ਲੰਮੀ ਪਾਵਾਂ, ਸਰੀਰ ਨਹੀਂ ਗਾ ਮੇਰਾ ਠੀਕ। ਜਿੱਥੇ ਤੱਕ ਮੈਨੂੰ ਆਸਮਾਨ ਆ, 100% ਮੈਂ ਕਹਿ ਦੇਣਾ ਵਾ ਪੈਸੇ ਨਹੀਂ ਜਾਣੇ ਦੇਣੇ, ਨਹੀਂ ਦੇਣੇ, ਬਿਲਕੁਲ ਨਹੀਂ ਦੇਣੇ, ਥੋੜੇ ਬਹੁਤੇ ਬਿਨਾ ਮੋੜੂਗੀ, ਮੈਨੂੰ ਨੀ ਆਸਮੀਰ ਤੇ ਕੋਈ ਨੀ, ਦੱਸਤੀ ਜੀ ਥੋੜੇ ਬਹੁਤੇ ਬਿਨਾ ਮੋੜੂਗੀ, ਜਿੱਦਾਂ ਤੁਹਾਨੂੰ ਭੁਲੇਖਾ ਵਾ, ਮਾਧੋ ਕੋ ਪੈਸੇ ਲਾਏ, ਮਾਧੋ ਤਾਂ ਮੋੜਦੇ ਇਹਨਾਂ ਨੇ,
ਮਾਰੋ ਮਰਨੀ ਮਰ ਗਿਆ, ਪੈਸਾ ਦਿੱਤਾ ਕਿਸੇ ਦਾ ਇਹਨਾਂ ਨੇ ਕੋਈ ਨੀ। ਫਿਰ ਹੁਣ ਇਹ ਗੱਲ ਚ ਆਏ ਆ ਨਾ, ਗੀਤ ਆਉਂਦੀ ਆ ਨਾ, ਵੇਖੋ ਕੀ ਹੋਰ ਖਬਰ ਲਿਆਉਂਦੀ ਆ, ਆਪੇ ਪਤਾ ਲੱਗ ਜਾਂਦਾ। ਬਲਜੀਤ ਦੀ ਸਿਰਫ ਵੇਟ ਕਰਨੀ ਆ, ਜੇ ਤਾਂ ਮੂੰਹ ਸਿਰ ਫੜਾ ਤਾ ਠੀਕ ਆ, ਨਹੀਂ ਤੇ ਫਿਰ ਮੈਂ ਜਾਣਾ ਤੇ ਉਹ ਜਾਣੇ। ਭੁੱਖ ਲੱਗੀ ਆ, ਉਹਨੂੰ ਲੋੜ ਨੀ ਤੇ ਮੈਂ ਦੇਤਾ ਤੇ ਹਜੇ ਵਾਪਸ ਨੀ ਕਰਨ ਡਈ, ਕਹਿੰਦੀ ਮੈਂ ਦੇ ਦਿੰਦੀ ਆ ਜਿੱਦਣ ਹੋਣਗੇ ਮੇਰੇ। ਤੈਨੂੰ ਇੰਨਾ ਨੀ ਪਤਾ ਮੇਰਾ ਸ਼ਿਫਟਾਂ ਲਾ ਲਾ ਕੇ ਮਾੜਾ ਹਾਲਿਆ ਹੁੰਦਾ ਉੱਥੇ, ਰਾਤ ਦਿਨ ਰਾਤ ਫੋਨਾਂ ਜੇ ਰਾਤ ਜਾਣਾ ਪੈਂਦਾ, ਦਿਨੇ ਫੋਨਾਂ ਵਿੱਚ ਦੁਪਹਿਰੇ ਸੁੱਤਿਆਂ ਉੱਠ ਕੇ ਭੱਜਣਾ ਪੈਂਦਾ, ਹੈ ਇੱਥੇ ਲੋਕਾਂ ਨੇ ਥੋੜੀ ਕਮਾਈ ਕਰ ਲਿਆ। ਤੇ ਉਹ ਕਹਿੰਦੀ ਮੈਂ ਵਾਪਸ ਕਰ ਦੂੰਗੀ, ਕੀ ਹੋ ਗਿਆ ਫਿਰ ਕੀ? ਉਹ ਵੀ ਰਾਜਿੰਦਰ ਵਾਪਸ ਕਰ ਦੂੰ, ਤੇ ਮੈਨੂੰ ਕੀ ਪਤਾ ਉਹ ਇੱਦਾਂ ਦੀ ਆ, ਉਹਨੇ ਮੇਰੇ ਕੋਲ ਆਣ ਕੇ ਬੜੇ ਪਿਆਰ ਦਾ ਪੈਸੇ ਮੰਗ ਲਏ। ਉਹਨੇ ਨਹੀਂ ਦੇਣੇ ਲੱਲੀ, ਬੜਾ ਕਾਰਡ ਮਾਰਾ ਦਾ ਪੈਸਿਆਂ ਚ। ਹੁਣ ਫਿਰ ਕੀ, ਚੱਲ ਚੁੱਪ ਜੁੜੀ ਬਿਸਤਰਾ, ਉੱਡ ਜਾ ਆਪਣੇ ਪੇਕਿਆਂ ਨੂੰ ਨਹੀਂ ਦੇ, ਮੈਨੂੰ ਤੇ ਸ਼ਦਾਈ ਬਣਾਇਆ ਤੂੰ। ਮੈਂ ਵੀ ਕਹਿਣ ਨੂੰ ਜਾ ਕੇ ਕੀ ਕਰਾਂ ਪੈਸੇ, 1,00,000 ਰੁਪਈਆ ਇੱਥੇ ਲਿਆ ਕੇ ਦੇ ਦੇ ਰਾਜਿੰਦਰ ਕੋਲ ਲਿਆ, ਭਾਵੇਂ ਉੱਥੋਂ ਪੇਕਿਆਂ ਤੋਂ ਮੰਗਾ, ਤੇ ਫਿਰ ਤੈਨੂੰ ਮੈਂ ਬਖਸ਼ ਦੂੰਗਾ, ਨਹੀਂ ਤੇ ਉੱਡ ਚੁੱਪ ਸਮਾਨ ਆਪਣਾ ਤੇ ਜਾ ਚਲ ਜਾ। ਲੱਕੜ ਲੈਂਦੀ ਆ, ਲੱਕੜ ਲੈ ਲੱਕੜ ਲਿਆਉਣੀ ਆ, ਇਹੋ ਹੀ ਗੱਲਾਂ ਤੇਰੀਆਂ। ਹਫ਼ਤੇ ਦਾ ਕਰਾਰ ਇੱਥੇ, ਫਿਰ ਹਫ਼ਤਾ ਉਹ ਅੱਜ ਦਾ ਆਇਆ ਵਾ। ਚਾਹ ਬਣਾਉਣੀ ਤੱਤੇ ਨਹੀਂ ਪੀਣੀ, ਚਾਹ ਬਣਾਉਣਾ ਚੱਲ ਜਾ, ਮੇਰੇ ਪੈਸੇ ਨਾ ਪੁੱਛ ਗਿਆ, ਚੱਲ ਚੱਲ।